ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਰਬੀਰ ਰਸੋਈ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਹੈ। ਸੋ ਅੱਜ ਅਸੀਂ ਬਣਾ ਰਹੇ ਹਾਂ ਇੰਸਟੈਂਟ ਐਂਡ ਟੇਸਟੀ ਆਲੂ ਮਟਰ ਦੀ ਸਬਜ਼ੀ। ਬਣਾਉਣਾ ਸਟਾਰਟ ਕਰਦੇ ਹਾਂ ਆਲੂ ਮਟਰ ਦੀ ਰਸ ਬਿਸੀ ਸਬਜ਼ੀ। ਗੈਸ ਦੇ ਉੱਪਰ ਰੱਖ ਦਿੱਤੀ ਆਪਾਂ ਕੜਾਹੀ ਤੇ ਕੜਾਹੀ ਦੇ ਵਿੱਚ ਪਾਵਾਂਗੇ 2 ਵੱਡੇ ਚਮਚ ਸਰਸੋਂ ਦਾ ਤੇਲ। ਇਸ ਨੂੰ ਗਰਮ ਹੋਣ ਦੇਵਾਂਗੇ। ਜਦੋਂ ਤੇਲ ਗਰਮ ਹੋ ਜਾਵੇ ਇਸ ਦੇ ਵਿੱਚ ਇੱਕ ਤੇਜ ਪੱਤਾ, 2 ਛੋਟੀਆਂ ਛੋਟੀਆਂ ਇਲਾਚੀਆਂ ਜਿਸ ਨੂੰ ਹਲਕਾ ਜਿਹਾ ਕੁੱਟ ਲੈਣਾ, 1 ਮੋਟੀ ਇਲਾਚੀ, 2 ਲੌਂਗ, ਇਹ ਸਾਰੀਆਂ ਚੀਜ਼ਾਂ ਪਾ ਕੇ ਇਸ ਦੇ ਨਾਲ ਪਾਵਾਂਗੇ 1 ਚਮਚ ਜੀਰਾ ਤੇ ਲਸਣ ਤੇ ਅਦਰਕ ਨੂੰ ਆਪਾਂ ਕੁੱਟ ਲੈਣਾ ਹੈ। ਕੁੱਟਿਆ ਹੋਇਆ ਅਦਰਕ ਤੇ ਲਸਣ ਜਿਹੜੀ ਹੈ ਉਹ ਆਲੂ ਮਟਰ 'ਚ ਫਰੈਸ਼ਨੈਸ ਵੀ ਲਿਆਉਂਦੀ ਹੈ ਤੇ ਇਸ ਦੇ ਨਾਲ ਨਾਲ ਆਲੂ ਮਟਰ ਦੀ ਸਬਜ਼ੀ ਬਹੁਤ ਹੀ ਟੇਸਟ ਬਣ ਕੇ ਤਿਆਰ ਹੁੰਦੀ ਹੈ। ਤੇ ਦੂਜੀ ਸਾਈਡ ਤੇ ਆਪਾਂ ਹਲਕਾ ਜਿਹਾ ਰੋਸਟ ਕਰ ਲਿਆ ਹੋਇਆ ਹੈ ਜੀਰੇ ਨੂੰ। ਇਸ ਤੋਂ ਬਾਅਦ ਪਾਵਾਂਗੇ ਅਦਰਕ ਤੇ ਲਸਣ ਦੀ ਪੇਸਟ ਜਿਸ ਨੂੰ ਆਪਾਂ ਕੁੱਟ ਕੇ ਤਿਆਰ ਕੀਤਾ ਹੋਇਆ ਹੈ। ਸੋ ਅਦਰਕ ਲਸਣ ਚੰਗੀ ਤਰੀਕੇ ਨਾਲ ਭੁੱਜ ਕੇ ਹੁਣ ਐਡ ਕਰਾਂਗੇ ਪਿਆਜ਼। ਪਿਆਜ਼ ਨੂੰ ਭੁੱਲ ਲੈਣਾ ਹੈ। ਪਿਆਜ਼ ਨੂੰ ਥੋੜ੍ਹਾ ਜਲਦੀ ਭੁੱਲਣ ਵਾਸਤੇ ਇਸ ਦੇ ਵਿੱਚ ਕਰਾਂਗੇ ਸਾਲਟ ਐਡ। ਸਭ ਤੋਂ ਜ਼ਿਆਦਾ ਟਾਈਮ ਜਿਹੜਾ ਹੈ ਪਿਆਜ਼ ਨੂੰ ਭੁੰਨਣ 'ਚ ਲੱਗਦਾ ਹੈ। ਸੋ ਇਸ ਦੇ ਵਿੱਚ ਸਾਲਟ ਜਦੋਂ ਐਡ ਕਰ ਦਾਂਗੇ ਨਾ ਫਿਰ ਜਲਦੀ ਜਲਦੀ ਭੁੱਜ ਜਾਂਦਾ ਹੈ। ਪਿਆਜ਼ ਭੁੱਜ ਕੇ ਤਿਆਰ ਹੋ ਗਿਆ ਹੈ। ਇਸ ਤੋਂ ਬਾਅਦ ਪਾਵਾਂਗੇ 3 ਚੌਪ ਕੀਤੇ ਹੋਏ ਟਮਾਟਰ। ਇਸ ਨੂੰ ਵੀ ਨਾਲ ਹੀ ਭੁੰਨ ਲਵਾਂਗੇ। ਪਿਆਜ਼ ਦੇ ਵਿੱਚ ਆਲਰੇਡੀ ਹੀ ਨਮਕ ਪਾਇਆ ਹੋਇਆ ਹੈ ਇਸ ਲਈ ਆਪਾਂ ਹੁਣ ਨਮਕ ਐਡ ਨਹੀਂ ਕਰਾਂਗੇ ਤੇ ਇਸ ਨੂੰ ਮਿਕਸ ਕਰ ਲਵਾਂਗੇ। ਨਮਕ ਮੈਂ ਸਕਿਪ ਕਰ ਰਹੀ ਹਾਂ ਕਿਉਂਕਿ ਪਹਿਲਾਂ ਪਾ ਚੁੱਕੇ ਹੋਏ ਹੈ। ਇਸ ਤੋਂ ਬਾਅਦ ਪਾਵਾਂਗੇ 1 ਚਮਚ ਹਲਦੀ ਪਾਊਡਰ, 1 ਚਮਚ ਟੇਗੀ ਮਿਰਚ ਪਾਊਡਰ, 1 ਛੋਟਾ ਚਮਚ ਲਾਲ ਮਿਰਚ ਪਾਊਡਰ ਤੇ ਇਸੇ ਨਾਲ ਹੀ 1 ਚਮਚ ਪਾਵਾਂਗੇ ਧਨੀਆ ਪਾਊਡਰ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਮਸਾਲੇ ਦੇ ਵਿੱਚ। ਹੁਣ ਇਸ ਮਸਾਲੇ ਨੂੰ ਆਪਾਂ ਗ੍ਰੇਵੀ ਦੇ ਵਿੱਚ ਲੈ ਕੇ ਆਉਣਾ। ਸੋ ਇਹਦੇ ਵਾਸਤੇ ਆਪਾਂ ਕੀ ਕਰਾਂਗੇ, 3 ਚਮਚ ਜਾਂ 4 ਚਮਚ ਇਸ ਦੇ ਵਿੱਚ ਗਰਮ ਪਾਣੀ ਪਾਵਾਂਗੇ। ਠੰਡਾ ਪਾਣੀ ਨਾ ਪਾਇਓ, ਸਿਰਫ ਗਰਮ ਪਾਣੀ ਪਾਇਓ। ਠੰਡੇ ਪਾਣੀ ਹੁੰਦਾ ਕੁਛ ਨਹੀਂ ਹੈ, ਬਸ ਟਾਈਮ ਲੱਗਦਾ ਹੈ ਜ਼ਿਆਦਾ ਪਕਾਉਣ ਵਾਸਤੇ ਅਤੇ ਇਸ ਲਈ ਆਪਾਂ ਗਰਮ ਪਾਣੀ ਦਾ ਯੂਜ਼ ਕਰਾਂਗੇ। ਅਤੇ ਗ੍ਰੇਵੀ ਸਾਡੀ ਆਲਮੋਸਟ ਜਿਹੜੀ ਆ ਕਾਫੀ ਅੱਗੇ ਨਾਲੋਂ ਬਣ ਕੇ ਰੈਡੀ ਹੋ ਚੁੱਕੀ। ਤੁਸੀਂ ਦੇਖੋ ਕਲਰ ਬਹੁਤ ਹੀ ਛੇਤੀ ਆ ਗਿਆ ਹੈ। ਰੁਕੋ ਰੁਕੋ ਰੁਕੋ, ਅਜੇ ਤੱਕ ਮਸਾਲਾ ਪੂਰੀ ਤਰ੍ਹਾਂ ਭੁੱਜਿਆ ਨਹੀਂ, ਇਸ ਨੂੰ ਅੱਗੇ ਹੋਰ ਪਕਾਉਣਾ। ਅਤੇ ਸਬਜ਼ੀ ਸਵਾਦ ਖਾਣੀ ਆਪਾਂ ਥੋੜ੍ਹੀ ਜਿਹੀ ਮਿਹਨਤ ਤੱਕ ਕਰਨੀ ਪੈਣੀ ਹੈ। ਆਪਾਂ ਢੱਕ ਦੇਵਾਂਗੇ ਸਿਰਫ 2 ਮਿੰਟ ਲਈ ਤਾਂ ਫਿਰ ਦੇਖਿਓ ਕਿੰਨੀ ਕਮਾਲ ਦੀ ਗ੍ਰੇਵੀ ਬਣ ਕੇ ਰੈਡੀ ਹੈ। ਸੋ ਤੁਸੀਂ ਦੇਖੋ ਅਤੇ ਹੁਣ ਸਾਡੀ ਮਸਾਲਾ ਬਿਲਕੁਲ ਰੈਡੀ ਹੈ। ਮਸਾਲੇ ਦੇ ਵਿੱਚੋਂ ਤੇਲ ਨਿਕਲਣਾ ਸਟਾਰਟ ਹੋ ਗਿਆ ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਪਾਵਾਂਗੇ ਆਪਾਂ ਮਟਰ।
तो मटर नूं मसाले दे विच चंगी तरह मिक्स जरूर कर दिओ। जो मटर मिक्स हो जाए तब असं ये पवेंगे आलू, 1 किलो मटर, आधा किलो आलू। इन दो चीज़ों मसाले के मिक्स करेंगे आलू के मटर में। इस तो बाद अपनी फैमिली के अकॉर्डिंग तुम पानी पा सकते हो। मटर 2.5 ग्लास या 3 ग्लास बहुत है, क्योंकि मटर के आलू में भी पकाना है असं, इसलिए पानी पा के उस तो बाद इसनू ढक दो। आलू ते मटर गल चुके हुए ने, तद इस दे विच गरम मसाला ते हरा धनिया पा के सब्जी आलू मटर दी बन के बिल्कुल तैयार है। गर्मा गर्म आलू मटर दी सब्जी नूं तुसीं सर्व करो चपाती दे नाल। आलू मटर दी सब्जी जे वधिया लगी ते वीडियो नूं लाइक शेयर जरूर कर दिओ। मिलदे हां इक न्यू वीडियो दे नाल।